ਸੋ ਵਰੁਣ ਨੇ ਪਹਿਲਾਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ ਅੰਮ੍ਰਿਤਸਰ ਤੋਂ ਔਰ ਟੂ ਟਾਈਮ ਇਹਨਾਂ ਦੇ ਰਿਫਿਊਜ਼ਲ ਸੀ। ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਵੀ ਮੈਂ ਨਾਮ ਨਹੀਂ ਲਵਾਂਗਾ ਫਾਈਲ ਪ੍ਰਿਪੇਅਰ ਕੀਤੀ ਸੀਗੀ SOP ਪ੍ਰਿਪੇਅਰ ਕੀਤੀ ਸੀਗੀ ਇਹਦੇ ਵਿੱਚ ਮੈਂ ਆਲਮੋਸਟ 15 to 20 ਮਿਸਟੇਕਸ ਆਈਡੈਂਟੀਫਾਈ ਕੀਤੀਆਂ। ਵੱਡੀ ਮਿਸਟੇਕ ਮੈਂ ਦੱਸਣਾ ਚਾਹੂੰਗਾ ਇਹਨਾਂ ਦਾ ਰੋਂਗ ਐਪਲੀਕੇਸ਼ਨ ਜਿਹੜਾ ਪਹਿਲਾ ਰਿਫਿਊਜ਼ਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਲਵਪ੍ਰੀਤ ਵਰਮਾ ਵੈਨਿਊਰ ਇੰਗਲਿਸ਼ ਐਂਡ ਇਮੀਗ੍ਰੇਸ਼ਨ ਜਗਰਾਓਂ ਤੋਂ। ਅੱਜ ਇੱਕ ਹੋਰ ਖੁਸ਼ਖਬਰੀ ਆਈ ਜੀ, ਵਰੁਣ ਸ਼ਰਮਾ ਜੋ ਕਿ ਅੰਮ੍ਰਿਤਸਰ ਤੋਂ ਨੇ, ਇਹਨਾਂ ਦਾ ਪਹਿਲਾਂ ਅੰਮ੍ਰਿਤਸਰ ਤੋਂ 2 ਰਿਫਿਊਜ਼ਲ ਸੀ। ਮੈਂ ਅੱਜ ਇਸ ਕੇਸ ਸਟੱਡੀ ਨੂੰ ਸਪੈਸ਼ਲ ਡਿਸਕਸ ਕਰ ਰਿਹਾ ਸਟੂਡੈਂਟਸ ਦੇ ਨਾਲ ਔਰ ਪੇਰੈਂਟਸ ਦੇ ਨਾਲ ਕਿ ਕਿਸ ਤਰ੍ਹਾਂ ਰਿਫਿਊਜ਼ਲਸ ਆ ਜਾਂਦੇ ਨੇ ਔਰ ਉਹਨਾਂ ਨੂੰ ਫਰਦਰ ਕਿਸ ਤਰ੍ਹਾਂ ਆਈਡੈਂਟੀਫਾਈ ਕੀਤਾ ਜਾ ਸਕਦਾ ਔਰ ਪੋਜ਼ਿਟਿਵਿਟੀ 'ਚ ਕਿਵੇਂ ਲੈ ਕੇ ਆਇਆ ਜਾ ਸਕਦਾ ਹੈਗਾ। ਸੋ ਵਰੁਣ ਨੇ ਪਹਿਲਾਂ ਆਪਣਾ ਵੀਜ਼ਾ ਅਪਲਾਈ ਕੀਤਾ ਸੀ ਅੰਮ੍ਰਿਤਸਰ ਤੋਂ ਔਰ 2 ਟਾਈਮ ਇਹਨਾਂ ਦੇ ਰਿਫਿਊਜ਼ਲ ਸੀਗਾ। ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਵੀ, ਮੈਂ ਨਾਮ ਨਹੀਂ ਲਵਾਂਗਾ, ਫਾਈਲ ਪ੍ਰਿਪੇਅਰ ਕੀਤੀ ਸੀਗੀ SOP ਪ੍ਰਿਪੇਅਰ ਕੀਤੀ ਸੀਗੀ ਇਹਦੇ ਵਿੱਚ ਮੈਂ ਆਲਮੋਸਟ 15 to 20 ਮਿਸਟੇਕਸ ਆਈਡੈਂਟੀਫਾਈ ਕੀਤੀਆਂ ਜਿਹੜੀਆਂ ਕਿ ਸਭ ਤੋਂ ਵੱਡੀ ਮਿਸਟੇਕ ਮੈਂ ਦੱਸਣਾ ਚਾਹੂੰਗਾ ਇਹਨਾਂ ਦਾ ਰੋਂਗ ਐਪਲੀਕੇਸ਼ਨ ਜਿਹੜਾ ਪਹਿਲਾ ਰਿਫਿਊਜ਼ਲ ਸੀਗਾ ਉਹਦਾ ਐਪਲੀਕੇਸ਼ਨ ਨੰਬਰ ਨਾ ਹੁੰਦੇ ਹੋਏ ਕਿਸੇ ਹੋਰ ਸਟੂਡੈਂਟ ਦਾ ਐਪਲੀਕੇਸ਼ਨ ਨੰਬਰ ਇਹਨਾਂ ਦੀ ਫਾਈਲ ਵਿੱਚ ਲਾ ਦਿੱਤਾ ਗਿਆ। ਇਹ ਸਿੱਧਾ ਹੀ ਇਹ ਇੰਡੀਕੇਟ ਕਰਦਾ ਹੈ ਕਿ ਜਿਸ ਨੇ ਵੀ ਫਾਈਲ ਅਪਲਾਈ ਕੀਤੀ, ਉਹ ਜਿਸ ਤਰ੍ਹਾਂ ਬੱਚੇ ਅਪਲਾਈ ਕਰ ਦਿੰਦੇ ਨੇ ਜਾਂ ਕੌਂਸਲਰਸ ਕਰ ਦਿੰਦੇ ਨੇ, ਕਿਸੇ ਐਕਸਪਰਟ ਦੇ ਥਰੂ ਇਹ ਫਾਈਲ ਨਹੀਂ ਅਪਲਾਈ ਹੋਈ ਕਿਉਂਕਿ ਇਹ ਜਿਹੜੀ SOP ਸੀ 1.5 ਪੇਜ ਦੀ SOP ਔਰ ਕਾਪੀ ਪੇਸਟ ਕੀਤੀ ਗਈ ਸੀ ਔਰ ਉਹ ਕਾਪੀ ਪੇਸਟ ਕਰਦੇ ਹੋਏ ਜਿਸ ਸਟੂਡੈਂਟ ਦੀ ਕਾਪੀ ਪੇਸਟ ਕੀਤੀ ਉਹਦਾ ਫਾਈਲ ਨੰਬਰ ਇਰੇਜ਼ ਕਰਨਾ ਭੁੱਲ ਗਏ ਔਰ ਅਲਟੀਮੇਟਲੀ ਤੁਹਾਡੀ ਫਾਈਲ ਦੇ ਵਿੱਚ ਕਿਸੇ ਹੋਰ ਦਾ ਫਾਈਲ ਨੰਬਰ ਉਹਨਾਂ ਨੇ ਐਡ ਕਰ ਦਿੱਤਾ। ਦੈਟ ਇਜ਼ ਅ ਬਲੰਡਰ ਮਿਸਟੇਕ। ਸੋ ਇਹਦੇ ਵਿੱਚ ਤੁਸੀਂ ਦੇਖੋ ਬਿਲਕੁਲ ਖਾਲੀ ਹੈ ਜੀ SOP 2nd ਪੇਜ ਔਰ ਅਗਰ ਤੁਹਾਨੂੰ ਮੈਂ ਆਪਣੀ SOP ਦਿਖਾਵਾਂ, ਸਾਡੀ SOP ਜਿਹੜੀ ਹੁੰਦੀ ਹੈ ਆਲਮੋਸਟ 6 to 7 ਪੇਜਾਂ ਦੀ ਹੁੰਦੀ ਹੈ। SOP ਇਜ਼ ਅ ਸਟੇਟਮੈਂਟ ਆਫ ਪਰਪਸ ਜਿਹਦੇ ਆਧਾਰ 'ਤੇ ਵੀਜ਼ਾ ਆਫੀਸਰ ਨੇ ਤੁਹਾਨੂੰ ਵੀਜ਼ਾ ਦੇਣਾ, ਕਿਉਂ ਦੇਣਾ। ਵਰੁਣ ਜੀ ਇੱਕ ਮਿੰਟ ਇਹਨੂੰ ਪਕੜੋ। ਸੋ ਮੈਂ ਸਾਰੇ ਦਰਸ਼ਕਾਂ ਨੂੰ ਦਿਖਾਵਾਂਗਾ ਕਿ SOP ਐਕਚੁਅਲ ਦੇ ਵਿੱਚ ਕਿੱਦਾਂ ਦੀ ਹੋਣੀ ਚਾਹੀਦੀ ਹੈ। ਸੋ ਦਿਸ ਇਜ਼ 1st ਪੇਜ, 2nd, 3rd ਐਂਡ ਦੈਨ 4th, 5th ਐਂਡ ਦੈਨ 6th, 7th ਐਂਡ 8ਵੇਂ ਪੇਜ ਤੱਕ ਅਸੀਂ ਪਹੁੰਚ ਗਏ ਹਾਂ। ਇਹਨਾਂ ਦੀ ਜਿਹੜੀ SOP ਥੋਰੋ ਸੀ ਇਹਦੇ ਵਿੱਚ 2 ਰਿਫਿਊਜ਼ਲਸ ਆਏ, ਉਹਨਾਂ ਦੇ ਕੀ ਕਾਰਨ ਸੀ, ਅਸੀਂ ਵੀਜ਼ਾ ਆਫੀਸਰ ਨੂੰ ਕਨਵਿੰਸ ਕੀਤਾ ਕਿਹੜੇ ਕਿਹੜੇ ਪੁਆਇੰਟ ਸੀਗੇ। ਹੁਣ ਇਹਨਾਂ ਦੇ ਜਿਵੇਂ ਸਿਸਟਰ ਐਬਰੋਡ ਦੇ ਵਿੱਚ ਰਹਿੰਦੇ ਨੇ, ਪ੍ਰੀਵੀਅਸ ਫਾਈਲਸ ਦੇ ਵਿੱਚ ਉਹ ਦੱਸਿਆ ਹੀ ਨਹੀਂ ਗਿਆ ਸੀ, ਉਹਨਾਂ ਨੂੰ ਹਾਈਡ ਕਰ ਲਿੱਤਾ ਗਿਆ। ਇਹਨਾਂ ਦੇ ਫਾਈਨੈਂਸ਼ੀਅਲ ਡਾਕੂਮੈਂਟਸ ਬਹੁਤ ਲਗਾਏ ਸੀ ਜਿਨ੍ਹਾਂ ਦੀ ਜ਼ਰੂਰਤ ਨਹੀਂ ਸੀਗੀ। ਅਸੀਂ ਕੋਈ ਵੀ ਫਾਈਨੈਂਸ਼ੀਅਲ ਡਾਕੂਮੈਂਟ ਨਹੀਂ ਲਗਾਇਆ ਤੁਹਾਡਾ, ਕੋਈ ਅਸੀਂ ਜੇ ਫਾਰਮ ਨਹੀਂ ਲਗਾਇਆ, ਕੋਈ ਬੈਲੈਂਸ ਸ਼ੀਟਸ ਨਹੀਂ ਲਗਾਈਆਂ, ਕੋਈ ਇਹਨਾਂ ਦਾ ਪ੍ਰੋਪਰਟੀ ਵੈਲੂਏਸ਼ਨ ਨਹੀਂ ਲਗਾਈ। ਬਿਕੋਜ਼ ਜਿੰਨੀ ਦੇਰ ਵੀਜ਼ਾ ਆਫੀਸਰ ਆਈਡੈਂਟੀਫਾਈ ਨਹੀਂ ਕਰਦਾ ਕਿ ਤੁਹਾਡੇ ਫਾਈਨਾਂਸ ਵੀਕ ਹੈ, ਓਨੀ ਦੇਰ ਕਦੀ ਫਾਈਨੈਂਸ਼ੀਅਲ ਡਾਕੂਮੈਂਟਸ ਨਹੀਂ ਲਾਣੇ ਚਾਹੀਦੇ। ਓਵਰ ਡਾਕੂਮੈਂਟੇਸ਼ਨ ਇਜ਼ ਆਲਸੋ ਪੋਇਜ਼ਨ। ਇਨ ਐਡੀਸ਼ਨ ਟੂ ਦੈਟ, ਵੀਜ਼ਾ ਆਫੀਸਰ ਫਰੈਸ਼ ਫਾਈਲ ਦੇ ਵਿੱਚ ਕਦੀ ਵੀ ਤੁਹਾਨੂੰ ਜਿਹੜੇ ਹੈ ਫਾਈਨਾਂਸ ਦੇ ਡਾਕੂਮੈਂਟਸ ਨਹੀਂ ਲਗਾਉਣੇ ਚਾਹੀਦੇ। ਰੀਜ਼ਨ ਕੀ ਹੁੰਦਾ, ਤੁਹਾਡੀ ਇਨਕਮ ਜਾਂ ਤੁਹਾਡੀ ਰਿਟਰਨ ਜਾਂਦੀ ਹੁੰਦੀ 4 to 5 lakh ਦੀ ਔਰ ਤੁਸੀਂ ਫੀਸ ਪੇ ਕਰਨੀ ਹੁੰਦੀ 11-12 lakh, ਤਾਂ ਵੀਜ਼ਾ ਆਫੀਸਰ ਦੇਖਦਾ ਕਿ 4-5 lakh ਕਮਾ ਰਹੇ ਆ ਅਤੇ ਨੈਕਸਟ ਈਅਰ ਦੀ ਫੀਸ ਕਿਸ ਤਰ੍ਹਾਂ ਪੇ ਕਰਨਗੇ। ਸੋ ਇੱਕ ਲੋਜੀਕਲ ਰੀਜ਼ਨ ਹੈ, ਕਦੀ ਵੀ ਫਰੈਸ਼ ਫਾਈਲ ਦੇ ਵਿੱਚ ਆਪਣੇ ਫਾਈਨੈਂਸ਼ੀਅਲ ਡਾਕੂਮੈਂਟਸ ਐਡ ਨਾ ਕਰਵਾਓ। ਔਰ ਅਗਰ ਤੁਹਾਡਾ ਕੰਸਲਟੈਂਟ ਕਹਿ ਰਿਹਾ ਕਿ ਜੀ ਫਾਈਲ ਨੂੰ ਅਸੀਂ ਹੋਰ ਸਟਰੋਂਗ ਕਰਨ ਲਈ ਲਗਾ ਰਹੇ ਹਾਂ, ਤਾਂ ਇਟ ਮੀਨਸ ਤੁਸੀਂ ਉੱਥੇ ਰੈੱਡ ਅਲਰਟ ਹੋ ਜਾਂਦਾ ਤੁਹਾਡੇ ਲਈ, ਤੁਹਾਨੂੰ ਕਿਤੇ ਨਾ ਕਿਤੇ ਰੁਕਣਾ ਚਾਹੀਦਾ। ਹੋਰ ਕੰਸਲਟੈਂਟਸ, ਨੌਲੇਜੇਬਲ ਕੰਸਲਟੈਂਟਸ ਦੀ ਤੁਹਾਨੂੰ ਰਾਏ ਲੈਣੀ ਚਾਹੀਦੀ ਕਿਉਂਕਿ ਕਦੀ ਵੀ ਇਹਨਾਂ ਚੀਜ਼ਾਂ ਨਾਲ ਫਾਈਲ ਸਟਰੋਂਗ ਨਹੀਂ ਹੁੰਦੀ ਕਿ ਫੰਡ ਵੱਧ ਦਿਖਾ ਦਿਉ। ਵੀਜ਼ਾ ਆਫੀਸਰ ਨੇ ਅਲਟੀਮੇਟਲੀ ਦੇਖ ਲੈਣਾ ਕਿ ਫੰਡਸ ਕਿੱਥੋਂ ਆਏ, ਕੀ ਇਹਨਾਂ ਕੋਲ ਹੈ। ਉਹਨਾਂ ਨੇ ਜਦੋਂ ਪੈਨ ਕਾਰਡ ਭਰ ਲੈਣਾ, ਦੇਖ ਲੈਣਾ ਕਿ ਡੈਰੀ ਫਾਰਮਿੰਗ ਸੀ, 2 ਮੱਝਾਂ ਹੁੰਦੀਆਂ ਆਪਾਂ ਡੈਰੀ ਫਾਰਮਿੰਗ ਸ਼ੋ ਕਰ ਦਿੰਦੇ ਹਾਂ, ਸਾਰੀਆਂ ਚੀਜ਼ਾਂ ਰੋਂਗ ਹੈ, ਜਾਂ 2-2, 3-3 ਰਿਟਰਨਸ ਇੱਕੋ ਵਾਰ 'ਚ ਭਰ ਦਿੰਦੇ ਹੈ। ਇੱਦਾਂ ਦੀਆਂ ਚੀਜ਼ਾਂ ਤੋਂ ਹਮੇਸ਼ਾ ਸਾਨੂੰ ਬਚਾਅ ਰੱਖਣਾ ਚਾਹੀਦਾ। ਅਗਰ ਤੁਸੀਂ ਵੀਜ਼ਾ ਲੈਣਾ, ਇੱਕ ਟਰੁੱਥਫੁੱਲਨੈਸ ਨੂੰ ਅੱਗੇ ਰੱਖੋ, ਇੱਕ ਰਾਈਟ ਕੰਸਲਟੈਂਟ ਦੀ ਖੋਜ ਕਰੋ ਜਿਹੜਾ ਕਿ ਤੁਹਾਨੂੰ ਪ੍ਰੈਜੈਂਟ ਰਿਪ੍ਰੈਜੈਂਟ ਕਰ ਸਕੇ ਔਰ ਅੱਛੇ ਤਰੀਕੇ ਨਾਲ ਤੁਹਾਡੀ SOP ਔਰ ਸਾਰੀ ਫਾਈਲ ਨੂੰ ਸਟ੍ਰੀਮਲਾਈਨ ਕਰ ਸਕੇ। ਸੋ ਅੱਜ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਵਰੁਣ ਦੀ, ਅਸੀਂ ਜਿਹੜੀ ਵੀਜ਼ਾ ਲੌਂਚ ਕੀਤਾ ਸੀ, ਸਬਮਿਸ਼ਨ ਲੈਟਰ ਵਾਜ਼ ਔਨ 26th of April, 26 April ਨੂੰ ਅਸੀਂ ਫਾਈਲ ਕੀਤਾ ਔਰ ਅੱਜ ਸਾਡੇ ਕੋਲ ਵਿਦ ਗੋਡਸ ਗ੍ਰੇਸ ਇਹਨਾਂ ਦਾ ਵੀਜ਼ਾ 25th of May ਦੇ ਵਿੱਚ ਸਾਡੇ ਕੋਲ ਇਹਨਾਂ ਦਾ ਵੀਜ਼ਾ ਆ ਗਿਆ ਹੈਗਾ।
सो दैट इज़ लैस दैन वन मंथ सो 30 डेज़ तो घट 29 दिनों के साढ़े को पासपोर्ट रिक्वेस्ट लैटर आ गई है। हुण असी वरुण तो पुछांगे सारिया चीज़ों को कवर करते हुए कि वरुण तुम अमृतसर तो इतने साढ़े को जगराओं आए तो किदां दा एक्सपीरियंस रहा साढ़े नाल? सर बहुत वधिया एक्सपीरियंस रहा मेरा। मेरे एक क्लोज फ्रेंड ने मैनू रेकमेंड किया है कि तुम एक बार जगराऊं सर तो अप्लाई कराओ क्योंकि मेरी दो बार रिफ्यूजल आ गई सी। अंदरों अंदर ही मैं अपने वालों तो अपनी हिम्मत हार ही चुकया सीगा कि मेरा कनेडा जाना हुण मुश्किल ही हो जाएगा, बट मेरे फ्रेंड ने मैनू रेकमेंड किया तो ही मैं सर को अपना एप्लीकेशन दोबारा तो लगवाई ताकि इस मुकाम को हासिल कर सकाँ। तो सर वालों भी सानू काफ़ी वधिया सर्विसेज मिली है, वीज़ा फाइलिंग विच भी मैं कोई तरह की दिक्कत परेशानी। फर्स्ट टाइम आए हो जगराओं? यस सर। सो सारे दर्शकों नू दसना चाहूँगा कि अज इन्हों का वीज़ा आया तो असी इन्हों अमृतसर तो जगराओं बुलाया। इस तो पहला इन्हों का एक भी चक्कर नहीं लग्या, तुम साडा ऑफिस भी नहीं देखा, बल्कि ओवर द फोन सारी कन्वर्सेशन होंदी रही, टाइम टू टाइम तुहानू सारे कोरेस्पोंडेंट्स पहुँचते रहे जो भी सीगा। तो अज सुबह इन्हों का सुबह 6 बजे फोन आया और असी इंस्टेंट इन्हों रिप्लाई करके वधाइया दित्तियां। बहुत बहुत मुबारक वरुण जी, विश यू ऑल द वेरी बेस्ट फॉर योर फ्यूचर। थैंक यू। थैंक यू सो मच। थैंक यू सो मच।